ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ ਇਤਰਾਫ ਜੁਰਮ ਖਾਨ ਸਾਹਿਬ ਕਰ ਰਹੇ ਨੇ ਵਡੀਆਂ ਸਜਾਵਾਂ ਹੋ ਰਹੀਆਂ ਨੇ ਨਗਰਾਨ ਵਜ਼ੀਰ ਆਜ਼ਮ ਦੇ ਨਾਮ ਜਿਹੜੇ ਨੇ ਉਹ ਫਾਈਨਲ ਹੋ ਰਹੇ ਨੇ ਪ੍ਰਵੇਸ਼ ਕਰਤਕ ਔਰ ਆਜ਼ਮ ਖਾਨ ਜਿਹੜੇ ਨੇ ਉਹ ਪ੍ਰੈਸ ਕਾਨਫਰੰਸਾਂ ਜਿਹੜੀਆਂ ਉਹ ਕਰਨ ਦੇ ਚੱਕਰ ਵਿੱਚ ਨੇ ਸਰਪ੍ਰਾਈਜ਼ ਦੇਣ ਦੇ ਚੱਕਰ ਵਿੱਚ ਨੇ ਲੇਕਿਨ ਇਹਦੇ ਨਾਲ 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 ਇੱਕ ਨਵੀਂ ਜੰਗ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਛਿੜ ਚੁੱਕੀ ਹੈ ਔਰ ਇਹ ਇਹ ਤੁਸੀਂ ਸਾਬ ਲੋ ਆਪਸ ਦੇ ਵਿੱਚ ਹੀ ਲੜ ਪੈ ਨੇ ਸਾਰੇ ਜ਼ਹਿਰੀ ਗੱਲ ਹੈ ਜਦੋਂ ਹਾਂਡੀ ਬਾਜ਼ਾਰ ਦੇ ਵਿੱਚ ਫਟ ਗਈ ਹੈ ਤੇ ਹਰ ਬੰਦੇ ਨੇ ਬੋਟੀ ਆਸਤੇ ਲੜਨਾ ਹੈ ਔਰ ਉਸ ਬੋਟੀ ਆਸਤੇ ਇਹ ਲੜ ਰਹੇ ਨੇ ਆਪਸ ਦੇ ਵਿੱਚ ਹੀ ਇੱਕ ਦੂਜੇ ਦੀਆਂ ਗੰਦੀਆਂ ਵੀਡੀਓ ਜਿਹੜੀਆਂ ਨੇ ਆਵਾਮ ਦੇ ਸਾਹਮਣੇ ਰੱਖੀ ਜਾ ਰਹੇ ਨੇ ਇੱਕ ਦੂਜੇ ਨੂੰ ਬੇਨਕਾਬ ਕੀਤੀ ਜਾ ਰਹੇ ਨੇ ਇੱਕ ਦੂਜੇ ਦੀਆਂ ਫੈਮਲੀਆਂ ਦੇ ਕੱਖ ਨਹੀਂ ਛੱਡੀ ਜਾ ਰਹੇ ਮਤਲਬ ਕਿ ਇਸ ਹੱਦ ਤੱਕ ਇਸ ਜ਼ਹਿਰੀਲੇ ਔਰ ਮਤਲਬ ਲੋਕ ਨੇ ਕਿ ਇਹਨਾਂ ਨੇ ਰਲ ਕੇ ਇੱਕ ਥਾਲੀ ਚ ਖਾਧਾ ਲੇਕਿਨ ਹੁਣ ਇੱਕ ਦੋ ਜੁਦੀਆਂ ਫੈਮਲੀਆਂ ਤੱਕ ਇਹ ਪਹੁੰਚ ਗਏ ਨੇ ਤੇ ਫਿਲਮਾਂ ਇੱਕ ਦੋ ਜੁਦੀਆਂ ਫੈਮਲੀਆਂ ਦੀਆਂ ਗੰਦੀਆਂ ਉਹ ਕੱਢ ਕੱਢ ਕੇ ਰਿਲੀਜ਼ ਕੀਤੀ ਜਾਂਦੇ ਨੇ ਐਸੇ ਇਹ ਲੋਕ ਨੇ ਹਾਂਡੀ ਫੁੱਟ ਗਈ ਜਨ ਬਾਜ਼ਾਰ ਦੇ ਵਿੱਚ ਚੌਕ ਦੇ ਵਿੱਚ ਲక్ష్ਮੀ ਦੇ ਵਿੱਚ ਤੇ ਆਪਣੀ ਆਪਣੀ ਬੋਟੀ ਲੱਭ ਕੇ ਤੇ ਇਹ ਗੰਦ ਜਿਹੜਾ ਇਹ ਫਲਾਇਆ ਜਾ ਰਿਹਾ ਠੀਕ ਹੈ ਤੇ ਵਡੀਆਂ ਖਬਰਾਂ ਮਿਲਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆਦਲ ਰਾਜਾ ਔਰ ਫੈਸਲ ਵਾੜਾ ਦੀ ਫੈਮਲੀ ਦੀਆਂ ਨੰਗੀਆਂ ਵੀਡੀਓਜ਼ ਵੱਡੀ ਜੰਗ ਜਿਹੜੀ ਹੈ ਉਹ ਛਿੜ ਗਈ ਇਹਦੇ ਤੇ ਅਸੀਂ ਗੱਲ ਕਰਨੇ ਆ ਨਿਆਜ਼ੀ ਨੇ ਆਪਣੇ ਕਾਰਕੁਨਾਂ ਔਰ ਭੈਣਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਵੱਡਾ ਤਾਲਕਾ ਦੱਸ ਦਿੰਨੇ ਆ ਤੁਹਾਨੂੰ ਇੱਕ ਹੀ ਚੱਕਰ ਆਰਮੀ ਚੀਫ ਦੇ ਅਫਗਾਨਿਸਤਾਨ ਨੂੰ ਵੱਡੀ ਵਾਰਨਿੰਗ ਬੰਦੇ ਬਣ ਜਾਓ ਇਹ ਤਿੰਨ ਚਾਰ ਗੱਲਾਂ ਨੇ ਜਿਹੜੀਆਂ ਮੈਂ ਤੁਹਾਡੇ ਗੋਸ਼ਟਕਾਰ ਕਰਨੀਆਂ ਇਸ ਤੋਂ ਪਹਿਲੇ ਅਸੀਂ ਆਪਣੇ ਟਾਪਕ ਛੇੜੀ ਮੈਂ ਜਸਟਿਸ ਕਾਜੀ ਫਾਜ਼ ਇਸਾ ਸਾਹਿਬ ਅੱਗੇ ਇਹ ਇਲਤਜਾ ਕਰਾਂਗਾ ਇਹ ਸਵਾਲ ਰੱਖਾਂ ਦਾ ਔਰ ਉਹਨਾਂ ਨੂੰ ਯਾਦ ਕਰਵਾਵਾਂ ਦਾ ਕਿ ਤੁਸਾ ਫੈਜ਼ਾਬਾਦ ਧਰਨੇ ਦਾ ਇੱਕ ਫੈਸਲਾ ਦਿੱਤਾ ਸੀ ਜਿਦੇ ਵਿੱਚ ਪਾਕਿਸਤਾਨ ਦੇ ਮੁਖਾਲਫ ਜਿਹੜੀਆਂ ਤਾਕਤਾਂ ਸੀ ਲਬੈਕ ਔਰ ਫੈਜ਼ ਉਮੀਦ ਇਹਨਾਂ ਦੋਨੋਂ ਨੇ ਮਿਲ ਕੇ ਰਿਆਸਤ ਦੇ ਉੱਤੇ ਹਮਲਾ ਕੀਤਾ ਸੀ ਤੇ ਇਹ ਤੁਸੀਂ ਫੈਸਲਾ ਦਿੱਤਾ ਹੈ ਕਿ ਇਹਨਾਂ ਨੂੰ ਵੀ ਅੰਦਰ ਕੀਤਾ ਜਾਏ 25 ਸਾਲ ਲਬੈਕ ਵਾਲਿਆਂ ਨੂੰ ਤੇ ਫੈਜ਼ ਉਮੀਦ ਨੂੰ ਵੀ ਫੜ ਕੇ ਅੰਦਰ 25 ਸਾਲ ਵਾਸਤੇ ਕੀਤਾ ਜਾਏ ਇਹ ਮੁਲਕ ਦੁਸ਼ਮਣ ਨੇ ਇਹ ਕਾਜ਼ੀ ਫੈਸਾ ਦਾ ਫੈਸਲਾ ਲਿਖਿਆ ਜਦੋਂ ਵੀ ਤੁਸੀਂ ਬਣੋ ਚੀਫ ਜਸਟਿਸ ਕਾਜੀ ਸਾਹਿਬ ਤੇ ਆਂਦਿਆਂ ਨਾਲ ਹੀ ਇਸ ਫੈਸਲੇ ਦੇ ਉੱਤੇ ਤੁਸੀਂ ਇਹ ਅਮਲ ਦਰਾਮਦ ਕਰਾਣਾ ਹੈ ਕਿਉਂਕਿ ਇਹ ਫੈਸਲੇ ਤੇ ਅਮਲ ਦਰਾਮਦ ਹੋਣਾ ਹੀ ਪਾਕਿਸਤਾਨ ਦੀ ਸਲਾਮਤੀ ਦੀ ਜ਼ਮਾਨਤ ਹੈ ਇੱਕ ਮੁਲਕ ਦੁਸ਼ਮਣ ਅਸੀਂ ਫੜ ਲਿਆ ਉਹਨੇ ਫੌਜ ਤੇ ਹਮਲੇ ਕੀਤੇ ਅਸੀਂ ਨਿਸ਼ਾਨਦਾਈ ਕਰ ਲਈ ਫੜ ਲਿਆ ਉਹਨੂੰ ਸਜ਼ਾ ਹੋ ਜਾਣੀ ਹੈ ਦੂਸਰੇ ਮੁਲਕ ਦੁਸ਼ਮਣ ਜਿਹੜੇ ਨੇ ਉਹ ਇਸੇ ਤਰ੍ਹਾਂ ਦੰਦਨਾ ਰਹੇ ਨੇ ਜਿਹਨਾਂ ਫੈਜ਼ਾਬਾਦ ਦੇ ਵਿੱਚ ਚੌਕ ਤੇ ਵਿੱਚ ਸੈਂ ਆਪਣਾ ਦਰਜਨਾ ਦੇ ਹਿਸਾਬ ਤੇ ਪੁਲਿਸਾ ਅਹਿਲਕਾਰ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਫਿਰ ਪੈਸੇ ਲੈ ਕੇ ਤੋਂ ਉੱਥੋਂ ਉੱਠ ਕੇ ਚਲੇ ਗਏ ਫੈਜ਼ ਅਮੀਦ ਕਣੋ ਤੇ ਫੈਸਲਾ ਤੁਸੀਂ ਦਿੱਤਾ ਹੈ ਇਹਨਾਂ ਨੂੰ ਵੀ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਤੁਸੀਂ ਫੈਸਲੇ ਦੇ ਵਿੱਚ ਲਿਖੀ ਹੈ ਪਾਰਟੀ ਖਤਮ ਔਰ ਸਾਰੇ ਦੇ ਸਾਰੇ ਅੰਦਰ ਔਰ ਮੈਂ ਤੁਹਾਨੂੰ ਹਰ ਰੋਜ਼ ਯਾਦ ਕਰਵਾਉਂਦਾ ਰਵਾਂਗਾ ਜਦੋਂ ਤੁਸੀਂ ਚੀਫ ਜਸਟਿਸ ਬਣੋਗੇ ਅੱਛਾ ਆਦਲ ਰਾਜਾ ਔਰ ਫੈਸਲਵਾੜਾ ਦੀ ਫੈਮਿਲੀ ਦੀਆਂ ਨੰਗੀਆਂ ਵੀਡੀਓ ਤੇ ਵੱਡੀ ਜੰਗ ਛਿੜ ਗਈ ਤਾਨੂੰ ਪਤਾ ਆਦਲ ਰਾਜਾ ਜਿਹੜਾ ਉਹ ਉਹਦੀ ਜਾਨ ਇਮਰਾਨ ਖਾਨ ਨੇ ਚਿੱਤ ਇਮਰਾਨ ਖਾਨ ਦੀ ਜਾਨ ਆਦਲ ਰਾਜਾ ਚ ਇੱਚ ਕਿਉਂਕਿ ਫੌਜ ਨੂੰ ਬਦਨਾਮ ਕਰਵਾਉਣ ਵਾਸਤੇ ਇਮਰਾਨ ਖਾਨ ਜਿਹੜਾ ਉਹ ਆਦਲ ਰਾਜਾ ਨੂੰ ਔਰ ਇਹਦੇ ਵਰਗੇ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਇਸਤੇਮਾਲ ਕਰਦਾ ਇਸ ਗੱਲ ਦਾ ਤੁਹਾਨੂੰ ਸਾਰੇ ਪਤਾ ਕੈਸੇ ਕੈਸੇ ਇਲਜ਼ਾਮਾਤ ਉਹਦੇ ਕੋਲ ਫੌਜ ਤੇ ਲਗਵਾਉਂਦਾ ਹੈ ਕਿ ਮਤਲਬ ਕਿ ਜਨਰਲ ਫੈਸਲ ਨਸੀਰ ਦੇ ਬਾਰੇ ਆਰਮੀ ਚੀਫ ਸਾਹਿਬ ਦੇ ਬਾਰੇ ਡੀਜੀ ਆਈਐਸਏ ਦੇ ਬਾਰੇ ਅਸੀਂ ਉਹ ਕਹਿ ਵੀ ਨਹੀਂ ਸਕਦੇ ਏ ਏ ইমরান ਖਾਨ ਦੀ ਜ਼ੁਬਾਨ ਜਿਹੜੀ ਇਹ ਆਦਲ ਰਾਜਾ ਬੋਲਦਾ ਜ਼ਹਿਰੀ ਗਾਲੇ ਡਾਲਰ ਲੱਭਦੇ ਨੇ ਬਾਹਰੋਂ ਇਸਰਾਇਲ ਜੀ ਇਹ ਆਦਲ ਰਾਜਾ ਤੇ ਬਾਸ਼ਤ ਤੁਲਿਆ ਗਿਆ ਡਾਲਰਾਂ ਨਾਲ ਜਿਹੜੀ ਬਕਵਾਸੀਆ ਤੋਂ ਕਰਦਾ ਠੀਕ ਹੈ ਨਾ ਇਹ ਹੁਣ ਜਨਾਬ ਫੈਸਲ ਵਾਡਾ ਸਾਹਿਬ ਜਿਹੜੇ ਨੇ ਪਿਛਲੇ ਕੁ ਦੋ ਮਹੀਨੇ ਤੋਂ ਤੁਹਾਨੂੰ ਪਤਾ ਹੈ ਕਿ ਬੇਨਕਾਬ ਕਰ ਰਹੇ ਨੇ ਇਹ ਸਾਰੇ ਮਨਸੂਬੇ ਹਰਸ਼ਾ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਨਕਸ਼ਾਫ ਸੀ ਫੈਸਲ ਵਾਡਾ ਨੇ ਕੀਤਾ ਕਿ ਅਰਸ਼ਦ ਸ਼ਰੀਫ ਨੂੰ ਕਤਲ ਵੀ ইমরান ਖਾਨ ਔਰ ਪੀਰਨੀ ਨੇ ਕਰਵਾਇਆ ਅਸੀਂ ਇਹ ਖਬਰ ਉਦੋਂ ਦਿੱਤੀ ਸੀ ਜਦੋਂ ਉਹ ਕਤਲ ਹੋਇਆ ਸੀ ਉਸ ਤੋਂ 3 ਦਿਨ ਬਾਅਦ ਅਸੀਂ ਕਿਹਾ ਸੀ ਕਿ ਇਹ ਬੰਦੇ ਕਾਤਲ ਨੇ ਮਲਵਸ ਨੇ ਕਾਲੀ ਚਰਨ ਏਅਰਵਾਦਾ ਮਾਲਕ ਨਿਆਜ਼ੀ ਪੀਰਨੀ ਮੁਰਾਦ ਸੈਦ ਔਰ ਫੈਜ਼ ਹਮੀਦ ਠੀਕ ਹੈ ਇਹ ਫੈਸਲਵਾੜਾ ਜਦੋਂ ਇਹ ਹੁਣ ਲੱਗਾ ਹੈ ਇਹਨਾਂ ਦਾ ਇਹਨਾਂ ਨੂੰ ਬੇਨਕਾਬ ਕਰਨ ਤੇ ਆਦਲ ਰਾਜਾ ਜਿਹੜਾ ਹੈ ਉਹਨੇ ਟਵਿੱਟਰ ਦੇ ਉੱਤੇ ਫੈਸਲਵਾੜਾ ਨੂੰ ਕਿਹਾ ਕਿ ਮੇਰੇ ਕੋਲ ਤੇਰੀ ਫੈਮਿਲੀ ਦੀਆਂ ਨੰਗੀਆਂ ਵੀਡੀਓ ਮੌਜੂਦ ਨੇ ਤੇ ਮੈਂ ਉਹ ਛਾੜਨੀ ਆ। ਜਰਾ ਤੁਸੀਂ ਵੇਖੋ ਬਈ ਕਿਵੇਂ ਜਦੋਂ ਹੰਡੀ ਫੁੱਟੀ ਹੈ ਤੇ ਕੀ ਦਿਖਲਿਆ। ਆਦਲ ਰਾਜਾ ਫੈਸਲਵਾੜਾ ਨੂੰ ਧਮਕੀ ਦੇ ਰਿਹਾ ਕਿ ਤੂੰ ਅਗਰ ਹੌਣ ਖਾਨ ਸਾਹਿਬ ਦੇ ਖਿਲਾਫ ਬੋਲਿਆ ਤੇ ਤੇਰੀ ਜਿਹੜੀ ਫੈਮਿਲੀ ਹੈ ਉਹਦੀਆਂ ਨੰਗੀਆਂ ਵੀਡੀਓ ਮੇਰੇ ਕੋਲ ਨੇ ਉਹ ਮੈਂ ਰਿਲੀਜ਼ ਕਰਨੀਆਂ। ਹੁਣ ਉਹਦੇ ਜਵਾਬ ਦੇ ਵਿੱਚ ਫੈਸਲਵਾੜਾ ਕੀ ਕਹਿੰਦਾ? ਕਿ ਮੈਂ ਤੇਰੀ ਫੈਮਿਲੀ ਦੇ ਨਾਲ ਮੇਰੀਆਂ ਨੰਗੀਆਂ ਵੀਡੀਓ ਨੇ ਉਹ ਤੂੰ ਰਿਲੀਜ਼ ਕਰ। ਉਹ ਮੈਂ ਤੈਨੂੰ ਕੱਲਣਾ। જરા ਤੁਸੀਂ ਹੁਣ ਅੰਦਾਜ਼ਾ ਲਾ ਲਓ ਪੇ ਗੱਲ ਕਿ ਹੱਦ ਤੱਕ ਪਹੁੰਚ ਚੁੱਕੀ ਹੈ ਕੈਸੇ ਕੈਸੇ ਲੋਕ ਨੇ ਯਾਨੀ ਕਿ ਹੁਣ ਆਪਸ ਦੇ ਵਿੱਚ ਇਹ ਇੱਕ ਦੂਜੇ ਦੀਆਂ ਫੈਮਲੀਆਂ ਜਿਹੜੀਆਂ ਨੇ ਉਹਨਾਂ ਦੀਆਂ ਨੰਗੀਆਂ ਵੀਡੀਓ ਨੂੰ ਲੈ ਕੇ ਆ ਗਏ ਨੇ ਇੱਕ ਆਂਦਾ ਮੇਰੇ ਕੋਲ ਤੇਰੀ ਫੈਮਲੀ ਦੀ ਇਹ ਦੂਜਾ ਆਂਦਾ ਮੇਰੇ ਕੋਲ ਤੇਰੀ ਫੈਮਲੀ ਦੀ ਤੇ ਮੈਂ ਰਿਲੀਜ਼ ਕਰਨ ਲੱਗਾ ਹੁਣ ਇਸ ਹੱਦ ਤੱਕ ਇਹ ਇਹ ਗੰਦੇ ਔਰਗਲੀਜ਼ ਲੋਕ ਜਿਹੜੇ ਨੇ ਇਹ ਪਹੁੰਚ ਚੁੱਕੇ ਨੇ ਔਰ ਇਸੇ ਤਰ੍ਹਾਂ ਹੀ ਉਹ ਜਿਹੜੇ ਉਹ ਲਬੈਕ ਵਾਲੇ ਨੇ ਉਹ ਇਹਨਾਂ ਤੋਂ ਵੀ ਖਲੀਜ਼ ਲੋਕ ਨੇ ਮਤਲਬ ਤੁਸੀਂ ਲਾਓ ਹਿਸਾਬ ਲਾਓ ਨਾ ਨਬੀ ਦੇ ਨਾਮ ਦੇ ਉੱਤੇ ਸਿਆਸੀ ਪਾਰਟੀ ਸਭ ਤੋਂ ਵੱਡਾ ਜੁਰਮ ਸਜ਼ਾਏ ਮੌਤ ਸਿੱਧੀ ਸਿੱਧੀ ਔਰ ਫਿਰ ਜਿਹੜੀ ਉਹ ਗਾਲਮ ਗਲੋਚ ਕਰਦੇ ਨੇ ਸੋਸ਼ਲ ਮੀਡੀਆ ਤੇ ਆ ਕੇ ਮਤਲਬ ਨਬੀ ਦੇ 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 ਰੋਜ਼ੇ ਦੀ ਤਸਵੀਰ ਲਾਈ ਉੱਤੇ ਫੋਟੋਵਾਟਸਐਪ ਤੇ ਜਾਂ ਜਿੱਥੇ ਵੀ ਔਰ ਜਿਹੜੀ ਗਾਲਮ ਗਲੋਚ ਕਰਦੇ ਨੇ ਨਬੀ ਦਾ ਰੋਜ਼ਾ ਸਾਹਮਣੇ ਰੱਖ ਕੇ ਇਹ ਬੜੇ ਗਲੀਜ਼ ਲੋਕ ਨੇ ਇਹ ਬੜੇ ਇਹ 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 ਮੁਆਸ਼ਰੇ ਦੀ ਗੰਦਗੀ ਹੈ ਇਸ ਤੋਂ ਮੈਂ ਕਾਜ਼ੀ ਫਾਇਜ਼ ਜੀ ਸਾਹਿਬ ਅੱਗੇ ਜ਼ਿਕਰ ਕਰਨਾ ਕਿ ਲਬੈਕ ਨੂੰ ਵੀ ਇਹ ਜਿਹੜਾ ਨਾ ਠੋਕ ਠਕਾਈ ਖਤਮ ਕਿ ਕਸਾ ਜਿਹੜਾ ਇਹ ਕਰਨਾ ਚਾਹੀਦਾ ਇਹ ਜ਼ਹਿਰ ਹੈ ਸਾਡੇ ਸਾਡੇ ਮਵਾਸੀ ਦੀ ਜ਼ਹਿਰ ਹੈ ਤਰੀਕੇ ਇਨਸਾਫ ਔਰ ਤਰੀਕੇ ਲਬੈਕ ਇਹ ਹੁਣ ਦੋਵੇਂ ਆਪਸ ਦੇ ਵਿੱਚ ਇੱਕ ਦੂਜੇ ਦੀਆਂ ਫੈਮਲੀਆਂ ਦੀਆਂ ਗੰਡੀਆਂ ਗੰਦੀਆਂ ਫਿਲਮੋਂ ਕੱਢਣ ਕੱਢਣ ਦਾ ਇਸ਼ਾਰਾ ਜਿਹੜਾ ਉਹ ਹਰ ਰੋਜ਼ ਟਵਿੱਟਰ ਦੇ ਉੱਤੇ ਕਰ ਰਹੇ ਨੇ ਹੁਣ ਇਹ ਹੁਣ ਪਤਾ ਨਹੀਂ ਕਿ ਪਹਿਲੇ ਕਿਹੜਾ ਪਹਿਲ ਕਰਦਾ ਹੈ ਔਰ ਕਿਸ ਕਿਦੀ ਫੈਮਿਲੀ ਦੀ ਵੀਡੀਓ ਪਹਿਲੇ ਕੌਣ ਕਰਦਾ ਹੈ ਬਹਰ ਜੰਗ ਜਿਹੜੀ ਜੇ ਇਹ ਬੜੀ ਤੇਜ਼ ਚੱਲੀ ਜੇ ਔਰ ਇਹ ਇਹ ਮੈਂ ਤੇ ਹਮੇਸ਼ਾ ਹੀ ਕਹਿੰਦਾ ਹੁੰਨਾ ਨਾ ਕਿ ਇਹ ਹਮਸਾਇਦੇ ਨੇ ਠੀਕ ਹੈ ਨਾ ਅੱਗੇ ਆਜੋ ਨਿਆਜ਼ੀ ਨੇ ਆਪਣੇ ਕਾਰਕੁਨਾਂ ਔਰ ਭੈਣਾਂ ਨੂੰ ਪਛਾਣਨ ਤੋਂ ਇਨਕਾਰ ਕਰਦਾ ਹੈ ਜੀ ਆਰਟੀ ਆ ਦੇ ਵਿੱਚ ਪੇਸ਼ ਹੋਇਆ ਉਹਦੇ ਵਿੱਚ ਜਨਾਬ ਨਿਆਜ਼ੀ ਸਾਹਿਬ ਨੂੰ ਸਭ ਤੋਂ ਪਹਿਲੇ ਯਾਸਮਿਨ ਰਾਸ਼ਦ ਦੀ ਤਸਵੀਰ ਔਰ ਵੀਡੀਓ ਵਹਾਈ ਗਈ ਕਿ ਤੂੰ ਕਹਿੰਨਾ ਕਿ ਤੇਰਾ ਤਲਕ ਹੀ ਕੋ ਨਹੀਂ 9 ਮਈ ਦੇ ਵਾਕਿਆ ਨੂੰ ਇਹਨੂੰ ਜਾਣਨਾ ਯਾਸਮਨ ਰਾਸ਼ਦ ਨੂੰ ਆਂਦਾ ਮੈਂ ਨਹੀਂ ਜਾਣਦਾ ਉਹਨੇ ਕਿਹਾ ਇਹ ਵੀਡੀਓ ਦੀ ਜਿਹਦੇ ਵਿੱਚੋਂ ਲਲਕਾਰਾ ਮਾਰ ਲਈਏ ਕਿ ਕੋਰ ਕਮਾਂਡਰ ਹਾਊਸ ਹਾਲ ਮਾਰਚ ਕਰੋ ਤੇ ਉੱਥੇ ਜਾ ਕੇ ਇੱਟ ਨਾਲ ਇੱਟ ਵਜਾ ਦਿਓ ਐ ਤੂੰ ਇਹਨੂੰ ਜਾਣਨ ਉਹ ਕਹਿੰਦਾ ਮੈਂ ਤਾਂ ਇਹਨਾਂ ਜਾਣਦੇ ਨੂੰ ਉਹਨੇ ਕਿਹਾ ਤੇ ਤੇਰੀ ਵਜ਼ੀਰ ਸੀ ਵਜ਼ੀਰੇ ਸਿਹਤ ਤੇ ਪੰਜਾਬ ਦੀ ਸਦਰ ਤਰੀਕ ਇਨਸਾਫ ਦੇ ਉਹਨੇ ਕਿਹਾ ਮੈਂ ਜਾਣਦੇ ਨਹੀਂ ਇਹਨੂੰ ਜ਼ਰਾ ਤੁਸੀਂ ਅੰਦਾਜ਼ਾ ਲਾ ਲਓ ਉਹ ਕਹਿ ਰਿਹਾ ਮੈਂ ਯਾਸਮਨ ਰਾਸ਼ਦ ਨੂੰ ਜਾਣਦੇ ਤੱਕ ਹੀ ਤੱਕ ਨਹੀਂ ਮੈਨੂੰ ਨਹੀਂ ਪਤਾ ਇਹ ਕੌਣ ਹੈ ਸਾਡਾ ਤਲਕ ਹੀ ਕੋ ਨਹੀਂ ਐ ਜ਼ਰਾ ਉਹਨਾਂ ਫਿਰ ਇਹਨੂੰ ਵਹਾਈ ਮੁਰਾਦ ਸੈਦ ਦੀਆ ਵੀਡੀਓ ਔਰ ਆਡੀਓ ਔਰ ਮੈਸੇਜਸ ਉਹਨਾਂ ਕਹਿੰਦਾ ਮੁਰਾਦ ਸੈਦ ਨੂੰ ਜਾਣਨਾ ਉਹਨਾਂ ਕਰ ਨਹੀਂ ਇਹ ਕੌਣ ਹੈ ਮੈਨੂੰ ਤਾਂ ਪਤਾ ਹੀ ਨਹੀਂ ਉਸ ਤੋਂ ਬਾਅਦ ਉਹਨਾਂ ਅਲੀਮਾ ਖਾਨ ਵਹਾਈ ਉਹਨਾਂ ਕਹਿੰਦਾ ਤੇਰੀ ਭੈਣ ਕੋਰ ਕਮਾਂਡਰ ਹਾਊਸ ਦੇ ਵਿੱਚ ਵੱੜ ਕੇ ਆਪਣੀ ਹੱਥੀਂ ਅੱਗ ਵੀ ਲਾਉਂਦੀ ਹੈ ਇਹਨੂੰ ਜਾਣਨਾ ਕਹਿੰਦਾ ਮੈਂ ਨਹੀਂ ਜਾਣਦਾ ਉਹਨੇ ਫਿਰ ਹਸਾਨ ਨਿਆਜ਼ੀ ਦੀ ਵੀਡੀਓ ਵਹਾਈ ਕਿ ਆ ਕੋਰ ਕਮਾਂਡਰ ਦੀ ਪੈਂਤ ਜਿਹੜੀ ਆ ਤੇਰਾ ਭਾਂਜਾ ਲੜਾ ਲਹਿਰਾਉਂਦਾ ਪਿਆ ਔਰ ਗਲਮ ਬਲੋਚ ਕਰ ਰਿਹਾ ਫੌਜ ਨੂੰ ਇਹਨੂੰ ਜਾਣਨਾ ਤੂੰ ਉਹ ਆਂਦਾ ਮੈਂ ਨਹੀਂ ਜਾਣਦਾ ਇਹ ਕੌਣ ਹੈ ਮੈਂ ਤਾਂ ਕਦੀ ਵੇਖਿਆ ਹੀ ਨਹੀਂ ਇਸ ਹੱਦ ਤੱਕ ਗੱਲ ਜਿਹੜੀ ਹੈ ਪਹੁੰਚ ਚੁੱਕੀ ਹੈ ਤੁਸੀਂ ਜ਼ਰਾ ਅੰਦਾਜ਼ਾ ਲਾ ਲਓ ਬਈ ਇਹ 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 ਕੈਸੇ ਕੈਸੇ ਲੋਕ ਨੇ ਮੈਂ ਪਕਿਆ ਤੂੰ ਇਹਨਾਂ ਨੂੰ ਨਾਂ ਪਹਿਚਾਨ ਕੇ ਬਚ ਜਾਏਂਗਾ ਜਦੋਂ ਉਹਨਾਂ ਤੇਨੂੰ ਪਹਿਚਾਨ ਲੈਣਾ ਜੀ ਸਾਨੂੰ ਇਹਨੇ ਕਿਹਾ ਸੀ ਐਲੋ ਸਬੂਤ ਨੇ ਤੇ ਤੂੰ ਕਿਸ ਤਰ੍ਹਾਂ ਕਹਿਨਾ ਕਿ ਮੈਂ ਤੇ ਨਾ ਯਾਸਮਿਨ ਰਾਸ਼ਦ ਨੂੰ ਜਾਣਨਾ ਨਾ ਮੈਂ ਮੁਰਾਦ ਸੈਦ ਨੂੰ ਜਾਣਨਾ ਨਾ ਅਲੀਮਾ ਬਾਜੀ ਨੂੰ ਜਾਣਨਾ ਨਾ ਹਸਾਨ ਲਾਜੀ ਨੂੰ ਜਾਣਨਾ ਨਾ ਮੈਂ ਕਿਸੇ ਹੋਰ ਨੂੰ ਜਾਣਨਾ ਤੂੰ ਜਾਣਦਾ ਫਿਰ ਤੂੰ ਕਿਨੂੰ ਬਾਹਰ ਵਾਲਿਆਂ ਨੂੰ ਜਿਹੜੇ ਡਾਲਰ ਕਲਦੇ ਨੇ ਉਹਨਾਂ ਨੂੰ ਜਾਣਨਾ ਠੀਕ ਹੈ ਨਾ ਅਗਲੀ ਖਬਰ ਤੇ ਆਜੂ ਆਰਮੀ ਚੀਫ ਨੇ ਅਫਗਾਨਿਸਤਾਨ ਨੂੰ ਵੱਡੀ ਵਾਰਨਿੰਗ ਦਿੱਤੀ ਤੁਹਾਨੂੰ ਪਤਾ ਬਲੋਚਿਸਤਾਨ ਦੇ ਵਿੱਚ ਅੱਜਕੱਲ ਕਾਫੀ ਦਹਿਸ਼ਤਗਰਦੀ ਜਿਹੜੀ ਉਹ ਫੈਲੀ ਔਰ ਕੰਟਰੋਲ ਵੀ ਪਾਇਆ ਜਾ ਰਿਹਾ ਸਾਡੇ ਮਿੱਠੇ ਅਫਸਰਾਨ ਫੌਜੀ ਜਿਹੜੇ ਨੇ ਉੱਥੇ ਤੜਾ ਤੜ ਜਾਨਾਂ ਵੀ ਕੁਰਬਾਨ ਕਰ ਰਹੇ ਨੇ ਔਰ ਇਹਨਾਂ ਨੂੰ ਕੈਫਰੇ ਕਰਦਾਰ ਵੀ ਪਹੁੰਚਾ ਰਹੇ ਨੇ ਤੇ ਇਸੇ ਤਰ੍ਹਾਂ ਪਖਤੂਨ ਹਾਦਿਕ ਕੁਝ ਇਲਾਕਿਆਂ ਦੇ ਵਿੱਚ ਵੀ ਇਹ ਏ ਠਕ ਠੋਕ ਜਿਹੜੀ ਇਹ ਲੱਗੀ ਹੈ ਤੇ ਆਰਮੀ ਚੀਫ ਸਾਹਿਬ ਜਿਹੜੇ ਨੇ ਮਿੱਠੇ ਸਾਡੇ ਸ਼ਾਹੀ ਪਿਆਰੇ ਲਵ ਯੂ ਹੋ ਗਿਆ ਬੜਾ ਇਹਨਾਂ ਨੇ ਅਫਗਾਨਿਸਤਾਨ ਨੂੰ ਫਿਰ ਵਾਰਨਿੰਗ ਫਿਰ ਨਾ ਕਹਿਣਾ ਦੱਸਿਆ ਨਹੀਂ ਜੇ ਸ਼ਹਰਾਂ ਦਾ ਮੂੰਹ ਇਧਰ ਨੂੰ ਹੋ ਗਿਆ ਤੇ ਇੱਕ ਨੂੰ ਵੀ ਛੱਡਣਾ ਕੋਈ ਨਹੀਂ ਜੀ ਤੇ ਬੰਦੇ ਬਣ ਜਾ ਸਾਡੇ ਮੁਲਕ ਦੇ ਵਿੱਚ ਇਹ 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 ਉਧਰੋਂ ਬੰਦੇ ਕਾਲ ਕੇ ਤੇ ਦਹਿਸ਼ਤਗਰਦੀ ਨਾ ਕਰਾਓ ਅਸਾਂ ਬਹੁਤ ਭੁਗਤ ਲਿਆ ਤੇ ਇਹ ਕੰਮ ਨਹੀਂ ਚੱਲਦਾ ਇਸ ਤਰ੍ਹਾਂ ਤੇ ਮੈਂ ਸ਼ਹਰਾਂ ਨੂੰ ਸਲਾਮ ਪੇਸ਼ ਕਰਨਾ ਤੇ ਨਾਲ ਹੀ ਪਰ ਉਹ 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 ਉਹਨਾਂ ਦਾ ਜਿਹੜਾ ਅਫਗਾਨਿਸਤਾਨ ਦੇ ਜਿਹੜੇ ਉਹ ਨਏ ਉਹ ਪਤਾ ਨਹੀਂ ਕੀ ਉਹਨਾਂ ਨੂੰ ਬੰਦਾ ਕਵੇ ਜਿਹੜੇ ਐਵੇਂ 25000 ਨੇ ਤੇ ਪੂਰੇ ਮੁਲਕ ਤੇ ਕਬਜ਼ਾ ਕੀਤਾ ਤੁਸੀਂ ਅਫਗਾਨੀਆਂ ਦੀ ਤੁਸੀਂ ਹਾਲਤ ਚੈੱਕ ਕਰੋ 25000 ਬੰਦੂਕਾਂ ਨਾਲ ਨੇ ਪੂਰੇ ਮੁਲਕ ਤੇ ਕਬਜ਼ਾ ਕਰ ਲਿਆ ਵੇ ਬੰਦਾ ਲਾ ਲਿੱਤਰ ਲਵੇ ਲੱਗ ਜਓ ਪਿੱਛੇ ਇਹਨਾਂ ਦੇ ਤੇ 35000 ਨੇ ਇਹਨਾਂ ਨੂੰ ਚੰਗੇ ਤੁਸੀਂ ਅਫਗਾਨੀ ਕੌਮ ਠੀਕ ਹੈ ਨਾ ਤੇ ਇਹ ਜਨਾਬ ਉਹਨਾਂ ਦਾ ਵੀ ਬਿਆਨ ਆ ਗਿਆ ਜੀ ਸਾਡਾ ਕੋਈ ਤਲਕ ਵਾਸਤਾ ਨਹੀਂ ਤੇ ਅਸੀਂ ਮਾਫੀ ਚਾਹੁੰਦੇ ਹਾਂ ਤੇ ਅਸੀਂ ਬਿਲਕੁਲ ਵੀ ਸਾਡਾ ਮੁਲਕ ਜਿਹੜਾ ਹੈ ਇਹ ਤੁਹਾਡੀ ਜ਼ਮੀਨ ਤੇ ਦਸਤਗਰਦੀ ਨਹੀਂ ਕਰਦਾ ਤੇ ਫਿਰ ਕੌਣ ਕਰ ਰਿਹਾ ਤੁਹਾਡਾ ਪਿਓ ਕਰਦਾ ਵੇ ਉੱਤੋਂ ਆ ਕੇ ਤੇ ਸ਼ਾਹ ਜੀ ਇਹਨਾਂ ਨੂੰ ਥੋੜਾ ਪੂਰਾ ਬਾਰਡਰ ਤੇ ਕੰਟਰੋਲ ਕਰਕੇ ਤੇ ਇਹਨਾਂ ਦੀ ਠੋਕਾ ਠਕਾਈ ਜਿਹੜੀ ਇਹ ਕਰੋ ਔਰ ਹੋ ਸਕੇ ਤੇ 2-4 ਸ਼ੋਲੇ ਜਿਹੜੇ ਨੇ ਉਹ ਸਜੇ ਖਾਬੇ 60 ਕੇ ਤੇ ਇਹਨਾਂ ਨੂੰ ਦੱਸੋ ਕਿ ਇੱਧਰ ਸਾਡੇ ਮੁਲਕ ਦੇ ਵਿੱਚ ਇਹ ਹਰਕਤ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਔਰ ਨਾ ਹੀ ਅਸੀਂ ਇਹ ਬਰਦਾਸ਼ਤ ਕਰਾਂਗੇ ਤੇ ਸਲਾਮ ਪੇਸ਼ ਕਰਨਾ ਮੈਂ ਆਰਮੀ ਚੀਫ ਸਾਹਿਬ ਤੁਹਾਨੂੰ ਕਿ ਤੁਸੀਂ ਇਹਨਾਂ ਨੂੰ ਕਮ ਸਕਮ ਵਾਰਨਿੰਗ ਦਿੱਤੀ ਔਰ ਉਹਨਾਂ ਨੂੰ ਵਾਰਨਿੰਗ ਸਮਝ ਵੀ ਆ ਗਈ ਤੇ ਖਾਜਾ ਆਸਫ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਦੋ ਚਾਰ ਦਿਨ ਬਾਅਦ ਕਿ ਅਫਗਾਨੀ ਜਿਹੜੇ ਨੇ ਇਹ ਤਾਲਬਾਨੀ ਜਿਹੜੇ ਨੇ ਇਹ ਮੁਰਖ ਸਾਡੇ ਦੇ ਵਿੱਚ ਇਹ ਅਫਰਾ ਤਫਰੀ ਫੈਲਾ ਰਹੇ ਨੇ ਇਜ਼ਰਾਈਲ ਦਾ ਪ ਸਾਰਾ ਹਥਿਆਰ ਅਮਰੀਕਾ ਦੇ ਟੋਚੀ ਖਾਂ ਜ਼ਮਾਨ پارک ਇਹ ਸਾਰਾ ਇਹ ਮਿਲ ਮਲਾਪ ਹੈ ਨਾ ਤਾਲਬਾਨ ਕਿੰਨਾ ਦਿਨੇ ਅਮਰੀਕਾ ਦੇ ਪੈਸਾ ਨੂੰ ਕਿੱਥੋਂ ਲੱਭਦਾ ਹੈ ਅਮਰੀਕਾ ਤੋਂ ਹੁਣ ਇਸرائیਲ Imran Khan ਇਹ ਸਾਰਾ ਫੈਜ਼ ਉਮੀਦ ਇਹ ਗੱਠ ਜੋੜਾ ਨਾ ਜੀ ਇਹ ਸਾਰੇ ਮੁਲਕ ਪਾਕਿਸਤਾਨ ਦੇ ਖਿਲਾਫ ਲੈਣਾ ਤੇ ਮੈਂ ਸਲਾਮ ਪੇਸ਼ ਕਰਨਾ ਸ਼ਾਹ ਜੀ ਨੂੰ ਕਿ ਤੁਸੀਂ ਵਾਰਨਿੰਗ ਦਿੱਤੀ ਔਰ ਠਕਾ ਕੇ ਦਿੱਤੀ ਏ ਔਰ ਅਗੋਂ ਮਾਫੀ ਵੀ ਆਈ ਏ ਤੇ ਬੜੀ ਧਿਆਨ ਵਾਲੀ ਮਾਫੀ ਆਈ ਏ ਤੇ ਇਹ ਇਹ ਨਹੀਂ ਹੋਣਾ ਚਾਹੀਦਾ ਕਿਸੇ ਦੀ ਵੀ ਜ਼ਮੀਨ ਜਿਹੜੀ ਹੈ ਕਿਸੇ ਦੇ ਖਿਲਾਫ ਇਸਤੇਮਾਲ ਨਹੀਂ ਹੋਣੀ ਚਾਹੀਦੀ ਤੇ ਆਦਲ ਰਾਜਾ ਔਰ ਫੈਸਲ ਵਾਡਾ ਇੱਕ ਦੂਜੇ ਦੀਆਂ ਨੰਗੀਆਂ ਵੀਡੀਓ ਰਿਲੀਜ਼ ਕਰਨ ਦੇ ਚੱਕਰ ਵਿੱਚ ਨੇ ਵੇਨਿਆ ਕਿ ਪਹਿਲੇ ਹਣ ਕੌਣ ਰਿਲੀਜ਼ ਕਰਦਾ ਬਹੁਤ ਸ਼ੁਕਰੀਆ